ਸਮਾਂ ਹੋਇਆ ਸਵੇਰੇ ਦੇ 4:30 ਵਜੇ ਅਤੇ ਮੈਂ ਇਸ ਵਕਤ ਜਾ ਰਿਹਾ ਜਿੰਮ ਵੱਲ ਨੂੰ ਅਤੇ ਰਾਤ ਮੈਂ ਸੋਇਆ ਨਹੀਂ ਇੱਕ ਮਿੰਟ ਵੀ ਕਿਉਂਕਿ ਮੱਝ ਨੂੰ ਭਾਰ ਪੈਂਦਾ ਸੂਣ ਵਾਲੀ ਦਿਨ ਪੂਰੇ ਹੋ ਰਹੇ ਉਹਦੇ ਅਤੇ ਤਾਂ ਕਰਕੇ ਫਿਰ ਉਹਦੀ ਰਾਖੀ ਰੱਖਣੀ ਪੈਂਦੀ ਹੈ ਜਦੋਂ ਬੈਠ ਜਾਂਦੀ ਆ ਭਾਰ ਪੈਂਦਾ ਫਿਰ ਉਠਾ ਦਿੰਦੇ ਹਾਂ ਅਤੇ ਭਾਰ ਦਿਨ 'ਚ ਬਿਲਕੁਲ ਵੀ ਨਹੀਂ ਪੈਂਦਾ ਰਾਤ ਨੂੰ ਪੈਂਦਾ ਸਿਰਫ ਰਾਤ ਨੂੰ ਫਿਰ ਨਾਲੇ ਮੱਝ ਤੰਗ ਹੁੰਦੀ ਹੈ ਨਾਲੇ ਆਪ ਅਤੇ ਖੈਰ ਹੁਣ ਮੈਂ ਆ ਗਿਆ ਜਿੰਮ ਵੱਲ ਨੂੰ ਅਤੇ ਜਿੰਮ ਕਰਦੇ ਹਾਂ ਓਪਨ ਅਤੇ 4:30 ਹੋ ਚੁੱਕੇ ਨੇ ਅਤੇ ਬਾਕੀ ਸਵਾਗਤ ਆ ਸਾਰਿਆਂ ਦੇ ਨਵੇਂ ਬਲੌਗ 'ਚ ਅਤੇ ਇੱਕ ਥੋੜ੍ਹੀ ਜਿਹੀ ਮਿਹਨਤ ਨੂੰ ਵੀਰ ਬਣ ਕੇ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਬਲੌਗ ਨੂੰ ਐਂਡ ਤੱਕ ਦੇਖ ਲਿਆ ਕਰੋ। ਕਿੱਥੇ ਜੀ ਆ ਕੁਛ ਤੀਨਾ ਨਹੀਂ ਅੱਖਾਂ 'ਚ ਫਲੈਸ਼ ਪੈ ਗਈ ਆ ਅਤੇ ਪਹੁੰਚ ਗਏ ਆਪਾਂ ਜਿੰਮ ਵੱਲ। ਚਾਪੀ ਆਪਣੀ ਚਾਪੀ ਬਾਬਾ ਜੀ ਪੜ੍ਹ ਰਹੇ ਨੇ ਗੁਰੂ ਘਰ। ਨੋ ਪੇਨ ਨੋ ਗੇਨ ਅਤੇ ਆਪਾਂ ਕਬੱਡੀ ਲਾਈਟ ਔਨ ਕਰ ਦਈਏ ਅਤੇ ਕੋਈ ਚਾਨਣੀ ਚਾਨਣਾ ਸੰਤ ਆ ਗਏ ਕਹਿੰਦਾ ਨਾਲ ਦੀ ਨਾਲ ਜਦੋਂ ਮੈਂ ਆਇਆ। ਕੀ ਹਾਲ ਆ ਬਾਈ? ਕਹਿੰਦਾ ਪੂਰਾ ਕਿੱਧਰ ਗਏ ਹੋ ਤੁਸੀਂ ਦੋ ਦਿਨ? ਅੱਛਾ ਯਾਰ ਕੱਲ੍ਹ ਪਾ ਫਿਰ ਚਰਨ ਆਪਣੇ ਜਿੰਮ ਦੇ ਅੰਦਰ। ਕੀ ਬਾਹ ਨੂੰ ਕੀ ਹੋ ਗਿਆ? ਕੱਲ ਵੀ ਨੀ ਆਇਆ ਪਰਸੋਂ ਵੀ ਨੀ ਆਇਆ ਨਾ? ਅੱਛਾ ਠੀਕ ਹੈ ਸਰ ਚੱਲ ਕੋਈ ਨਾ। ਲਓ ਜੀ ਜਿੰਮ ਕਰ ਲਈ ਓਪਨ ਅਤੇ ਤਾਲੇ ਸਾਹਿਬ ਆਪਣੇ ਰੱਖ ਲਿਆ ਅੰਦਰ ਜਿੰਮ ਟਾਊਨ। ਜਿੰਮ ਖਾਲੀ, ਲਾਈਟਾਂ ਔਫ, ਫੈਨ ਔਫ, ਇਟਸ ਟਾਈਮ ਟੂ ਗੋ ਟੂ ਹੋਮ। ਅਤੇ ਨੀਂਦ ਬਹੁਤ ਆਈ ਜਾਂਦੀ ਹੈ ਅਤੇ ਰਾਤ ਫਿਰ ਸੋਏ ਨਹੀਂ ਆ ਅਤੇ ਸਲਾਹ ਹੈਗੀ ਆ ਜਾ ਕੇ ਸੌਣ ਦੀ। ਅਤੇ ਹਮੇਸ਼ਾ ਇਸ ਤਰ੍ਹਾਂ ਸੂਰਜ ਦੇਖ ਕੇ ਆ ਪਾਉਂਦਾ ਜਲ ਕੱਲ੍ਹ, ਬਾਕੀ ਘਰੇ ਜਾ ਕੇ ਪਤਾ ਲੱਗੂਗਾ ਸੋਣਾ ਮਿਲਦਾ ਕਿ ਨਹੀਂ। ਅਤੇ ਬਣੇ ਰੋਟ ਲਾ ਪਹੁੰਚ ਕੇ ਘਰਾਂ ਨੂੰ ਤਾਂ ਹਨੇਰੀ ਦਾ ਮਾਹੌਲ ਬਣਿਆ ਹੋਇਆ, ਕਾਫੀ ਤੇਜ਼ ਹਵਾ ਚੱਲ ਰਹੀ ਹੈ ਅਤੇ ਰਾਤ ਕੁਛ ਥਾਵਾਂ 'ਤੇ ਬਾਰਿਸ਼ ਵੀ ਹੋਈ ਆ। ਅਤੇ ਘਰੇ ਵੜਦੇ ਸਾਰ ਪਹਿਲਾਂ ਜਿਹੜਾ ਕੰਮ ਮਿਲਿਆ ਆਪਾਂ ਨੂੰ ਇਹਨਾਂ ਨੂੰ ਪਾਣੀ ਪਿਆਉਣ ਦਾ, ਇਹਨਾਂ ਨੂੰ ਪਾਣੀ ਮਿਲਦਾ। ਕੈਮਰੇ ਤੋਂ ਕਾਹਤੋਂ ਡਰਦੀ ਹਾਂ, ਕੈਮਰੇ ਤੋਂ ਕਾਹਤੋਂ ਡਰਦੀ ਹਾਂ। ਆ ਜਾ ਡੱਕ ਲਾ ਕਰਾਂ। ਪੀਲਾ 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 ਪੀਲਾ, ਫਿਰ ਧਿਆਈ ਮਰੀ ਜਾਏਗੀ ਸਾਰਾ ਦਿਨ। ਲਓ ਵੀ ਬੁਣੀ ਖਰਾਬ ਹੋ ਗਈ ਆਪਣੇ ਤਾਂ, ਮੱਝ ਨੇ ਪਾਣੀ ਨਹੀਂ ਪੀਤਾ। ਪੀ 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 ਹਿਓ 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 ਹੋ ਮਨੀ ਮਨੀ ਲੱਗ ਗਈ ਆਖੇ, ਲੱਗ ਗਈ ਆਖੇ। ਇੱਥੇ ਨੱਕ ਕਿਵੇਂ ਲਵੇੜੇ ਆਟੇ ਨਾਲ? ਪੀਲਾ ਪੀਲਾ ਪੀਲਾ, ਸੰਗਦੀ ਆ, ਕੈਮਰਾ ਬੰਦ ਕਰਨਾ ਪਊਗਾ। ਆ ਜਾ, ਉਹੀ ਗੱਲ ਹੋਈ, ਕੈਮਰੇ ਤੋਂ ਸੰਗਦੀ ਹੈ। ਦੁਬਾਰੇ ਚਲਾ ਲਿਆ ਕੈਮਰਾ, ਫਿਰ ਸੰਗਲਣ ਲੱਗ ਗਈ ਹੁਣ। ਪੀਲਾ 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 ਪੀਲਾ, ਬੰਦ ਕਰ ਦਿੰਦਾ ਤਾਂ ਮੈਂ। ਨਾ ਨਾ ਤੂੰ ਨਹੀਂ ਸਲਿੱਤਰਨਾ ਓਏ ਤਾਈ, ਉਰੇ ਆ ਸਾਈ, ਤੜਕੀ ਚੜਾ ਲਈ ਕੋਠੇ ਤੇ, ਬਾਅਦ ਮੱਝਾਂ ਨੂੰ ਪਾਣੀ ਪਾਇਆ ਸੀ ਅਰੇ, ਕਹਿੰਦੀ ਉੱਪਰ ਜਾਣਾ ਚਾਚਾ। ਤੂੰ ਉਰੇ ਆਓ ਜਾਣੇ, ਤੂੰ ਵੀ ਇੱਥੇ ਆਓ, ਦੋਨੇ ਜਾਣੇ ਡਾਂਸ ਕਰਕੇ ਦਿਖਾਓ, ਨੇੜੇ ਆਓ ਨੇੜੇ। ਕਿੰਨੀਆਂ ਛੁੱਟੀਆਂ ਮਿਲ ਗਈਆਂ ਪੁੱਤਰ ਤੈਨੂੰ? ਸਾਰਿਆਂ ਨੂੰ ਦੱਸ ਦੇ ਚਾਰ। ਉੱਧਰ ਦੇਖੋ ਚਾਚੇ ਨੂੰ ਬੋਲ ਮਰੀ ਜਾਂਦਾ ਦੂਜੇ ਘਰੇ, ਡਰਦਾ ਗਾਂਹ ਤਾਂ ਜਾਂਦਾ ਨਹੀਂ ਆ। ਲੈ ਸਾ ਮੈਨੂੰ ਚੱਕਣ ਦੇ, ਆ ਜਾ ਪੁੱਤਰ। ਬਾਪੂ ਵੀ ਕਹਿਤਾ ਵੀ, ਬਾਪੂ ਵੀ ਕਹਿਣ ਸਿੱਖ ਗਿਆ ਮੈਂ, ਹੁਣ ਬੋਲ ਮਾਰ ਲਾ। ਸਮਾਂ ਹੋ ਗਿਆ ਕਹਿੰਦੇ ਜਿੰਮ ਜਾਣ ਦਾ ਅਤੇ ਹਨੇਰੀ ਵਾਲਾ ਮਾਹੌਲ ਹਾਲੇ ਤੱਕ ਬਰਕਰਾਰ ਆ। ਸੜਕ ਦੇ ਉੱਤੇ ਤੁਰੇ ਜਾਂਦੇ ਯਾਰ, ਅਤੇ ਸੂਰਜ ਨੂੰ ਕੀ ਆਖੀਏ ਵਿਚਾਰੇ ਨੂੰ, ਇਹ ਥੋੜ੍ਹੇ ਦਿਨ ਹੀ ਖੜੂਗਾ ਮੈਨੂੰ ਲੱਗਦਾ ਇੱਥੇ। ਕਰਦਾ ਕਰਦਾ ਚੱਪੜ ਮੇ ਮੱਝਾਂ ਅਤੇ ਮੱਝਾਂ ਮੇ ਚੱਪੜ, ਨਾ ਦੀ ਗੱਲਬਾਤ ਤੁਰਿਆ ਵਾ ਨਾਲ, ਸਵਾਰੀਆਂ ਚੜ੍ਹਨਾ ਬਸ, ਫਿਰ ਖੜੀ ਆ ਬਸ ਹੀ ਲੰਘ ਜਾਂਦੇ ਪਹਿਲਾਂ।
ਆਇਆ ਤੈਨੂੰ ਨਹੀਂ ਛੱਡ ਦਿਆ ਕਿਆ ਸੱਜਣ ਪੈਰੇ ਆ ਗਏ ਹੋਣਗੇ ਸਾਡੇ ਜਿਮ ਵਾਲੇ ਤੇ ਜਾ ਕੇ ਜਿਮ ਕਰਦੇ ਆ ਓਪਨ ਤੇ ਲਾਉਣੇ ਫਿਰ ਡਿਊਟੀ ਸ਼ਾਮ ਤੱਕ ਤੇ ਬਾਕੀ ਗੱਲਾਂ ਬਾਤਾਂ ਕਰਦੇ ਆਪਾਂ ਜਿਮ ਚ ਵਿੱਚ ਜਾ ਕੇ ਆਹ ਨਵਾਂ ਬਲੌਗਰ ਬਣਨ ਜਾ ਰਿਹਾ ਭਾਈ ਤੇ ਇਹ ਅਸਲ 'ਚ ਤਾਂ ਇਹ ਕੈਮਰੇ ਉਹਲੇ ਮੂੰਹ ਲਗੋ ਰਿਹਾ ਫੋਨ ਦਾ ਬਹਾਨਾ ਕਰਕੇ ਤੇ ਆਹ ਕੰਨਾਂ 'ਚ ਪਾਈਆਂ ਹੋਈਆਂ ਗੱਭਰੂ ਨੇ ਪਤਾ ਨਹੀਂ ਮੁਰਕੀਆਂ ਕਿ ਨੱਤੀਆਂ ਕਿ ਕੀ ਆ ਤੇ ਕੁਛ ਤੇਰੇ ਸ਼ੌਂਕ ਮੈਨੂੰ ਹੋਰ ਹੀ ਲੱਗੀ ਜਾਂਦੇ ਆ ਆ ਜਿਹੜੀ ਆ ਕਰਦਾ ਨਾ ਕੱਪ ਗਏ ਤੁਹਾਨੂੰ ਦੱਸਾਂਗੇ ਕੋਈ ਨਾ ਪਹੁੰਚ ਕੇ ਜਿੰਮ ਤੇ ਭਾਈ ਸਾਹਿਬ ਜਿਹੜਾ ਕਿਹੜਾ ਆਉਂਦਾ ਕੂਲਰ ਦੇ ਵਿੱਚ ਵੜ ਜਾਂਦਾ ਭਾਵੇਂ ਮੈਂ ਹਾਂ ਫਲੈਸ਼ ਕਿੱਧਰ ਚੱਲ ਪਈ ਹੋਏ ਤੇ ਕਿਰਤ ਭਾਈ ਆਇਆ ਹੋਇਆ ਤੇ ਇਹਦਾ ਬੰਬੂ ਗਾਰਡ ਦਿਖਾ ਕੇ ਲਿਆਉਣਾ ਨਵੇਂ ਲਵਾ ਕੇ ਲਿਆ ਹਾਰਨ ਭੱਟੇ ਲਵਾਏ ਆ ਭੱਟੇ ਲਵਾਏ ਭੱਟੇ ਲਵਾਏ ਆ ਕਹਿੰਦਾ ਇਹਦੇ 'ਚ ਕੀ ਕਰਾਏਗਾ ਹੋਰ ਤੂੰ ਕੰਮ ਦੇਖਦੇ ਹਾਂ ਜੀ ਇੱਕ ਵਾਰ ਦੋਨੇ ਲਵਾ ਦੇ ਦੋਨੇ ਲਵਾ ਦੇ ਵਿੱਚ ਲਾਈਟਿੰਗ ਕਰਾਏਗਾ ਦੇਖਦੇ ਮੈਂ ਲਾਈਟਿੰਗ ਕਰਾ ਦੇ ਹਨੇਰੇ 'ਚ ਦੇਖੀ ਫਿਰ ਬਲੈਕ ਕਰਾਉਣੇ ਇੱਕ ਵਾਰ ਦੂਰੋਂ ਪਤਾ ਲੱਗਿਆ ਕਰੂ ਭਾਈ ਕਿਰਤ ਆਉਂਦਾਗਾ ਨਾ ਨਾ ਹਜੇ ਬਲੈਕ ਢਾਲੀ ਵਾਲਿਆਂ ਦਾ ਹੈ ਬਲੈਕ ਕਰਾਉਣ ਦੀ ਰਹਿ ਲਾਈਟਾਂ ਹਜੇ ਦੇਖਦੇ ਹਾਂ ਬਲੈਕ ਕਰਾ ਦੇ ਕਿੱਥੋਂ ਲਵਾਏ ਭਾਈ ਸਾਹਿਬ ਤਲਵੰਡੀਓ ਕਿੰਨੇ ਦੇ ਸੈੱਟ ਬਾਹਰ ਸੈੱਟ ਪਹਿਨਾ ਪਿਆ ਜੀ ਘਰੇ ਮੇਰੇ ਕੋਲੇ ਅੱਛਾ ਤੇ ਫਿਟਿੰਗ 'ਚ ਲੱਗ ਗਏ 300 ਰੁਪਈਆ ਲੱਗ ਗਿਆ ਸਾਰੀ ਪੱਕੀ ਪੁੱਕੀ ਲੈ ਲੂ ਠੀਕ ਹੈ ਸਰ ਹੂੰ ਸੈੱਟ 18 ਸੋਹਣਿਆ ਭਰਾ ਵਧਾਈਆਂ ਤੈਨੂੰ ਨਵਾਂ ਸੰਤ ਜੁੜ ਗਿਆ ਵੱਡੇ ਲਵਾ ਲੇ ਤੂੰ ਵੱਡੇ ਲਵਾ ਲੇ ਹੂੰ 1800 ਦਾ ਸੈੱਟ ਆ ਪੂਰਾ ਕਿੱਧਰ ਜਾਇਆ ਕਾਲਜ ਕਾਲਜ ਪੜੀਆਂ ਚੜਾਈਆਂ ਪੜਾਈਆਂ ਭਰਾਵਾ ਕੱਲੀਆਂ ਚੜਾਈਆਂ ਕਿ ਪੜਾਈਆਂ ਵੀ ਆ ਪੜਾਈਆਂ ਵੀ ਆ ਹਾਂ ਪੜਦੇ ਹੋ ਕਿ ਕੱਢਦੇ ਹੋ ਪੜਦੇ ਕੱਢਦੇ ਵਾਦਾਂ ਪੜਦੇ ਘੱਟ ਹਨਾ ਲੜਦੇ ਹੈ ਨਹੀਂ ਆਪਾਂ ਬੰਬੂ ਗੜ ਤੇਰਾ ਸੋਹਣਾ ਭਰਾਵਾ ਤੇ ਤੇ ਏਸੀ ਲਵਾ ਦੇ ਇੱਕ ਵੀਰ ਬਣ ਕੇ ਬਾਈ ਏਸੀ ਦਾ ਉਹਦੇ ਕਹਿੰਦਾ ਰੱਬ ਸੁੱਖਾ ਕਿ ਗੱਡੀ ਜੁੜ ਜੇ ਏਸੀ ਵੀ ਉਹ ਤੇ ਆ ਜਾਊਗਾ ਹਾਂ ਤੂੰ ਵੀ ਏਸੀ ਤੇ ਲਵਾ ਦੇ ਤੇ ਸੋਹਣਾ ਲੱਗੇਗਾ ਉੱਤੇ ਕੈਬਨ ਬਣਾ ਲੈਣਾ ਤੂੰ ਆਪਦੇ ਜਿੱਡਾ ਨਾ ਉਹ ਨਹੀਂ ਬਣਦਾ ਉਹ ਫਿਰ ਗੱਡੀ ਲੈਣ ਆਵਾਂਗੇ ਫਿਰ ਉੱਚਾ ਬਹੁਤ ਹੋ ਜੂ ਇੱਥੇ ਹੋ ਜੂ ਤੇ ਸੇਠਾਂ ਦੀ ਝੰਡੀ ਅੱਧੀ ਰਹਿ ਗਈ ਇਧਰੋਂ ਅੱਜ ਤੜਕੇ ਦੀ ਹਨੇਰੀ ਚੱਲੀ ਜਾਂਦੀ ਆ ਉਹ ਹਨੇਰੀ ਅੱਜ ਹੀ ਉੱਡੀ ਹਨਾ ਕੱਲ੍ਹ ਤਾਂ ਸੀਗੀ ਕੱਲ੍ਹ ਦਿਖਾਈਏ ਦੋਵੇਂ ਤੇ ਸੇਠੋ ਭਾਈ ਝੰਡੀ ਨਵੀਂ ਚੜ੍ਹਾ ਦਿਓ ਹੁਣ ਤੇ ਸਾਡਾ ਇਹ ਮੀਟਰ ਆ ਅਸੀਂ ਇਹਦੇ ਨਾਲ ਹੀ ਹਵਾ ਮਾਪਦੇ ਹੁੰਦੇ ਅੰਦਰ ਬੈਠੇ ਬੈਠੇ ਤੇ ਇੱਧਰੋਂ ਸਾਹਮਣੇ ਉੱਥੇ ਕਾਊਂਟਰ ਆ ਕਿੱਥੇ ਜੇ ਮੇਰੀ ਉਂਗਲ ਇੱਥੇ ਇੱਥੋਂ ਬੈਠ ਕੇ ਅੰਦਰ ਬੈਠੇ ਦੇਖ ਲੈਣੇ ਨਾ ਬਾਹਰ ਕਿੰਨੀ ਕੀ ਹਵਾ ਚੱਲ ਰਹੀ ਆ ਵਧੀਆ ਮੀਟਰ ਹੈ ਨਾ ਪੂਰਾ ਘੈਂਟਾ ਤੇ ਬਾਕੀ ਆਹ ਦਰਖਤਾਂ ਨੂੰ ਇੱਥੇ ਹਵਾ ਘੱਟ ਲੱਗਦੀ ਹੁੰਦੀ ਥੋੜ੍ਹੀ ਜਿਹੀ ਉੱਥੇ ਮੌਸਮ ਘੈਂਟ ਅੱਜ ਸਵੇਰੇ ਦੀ ਬਸ ਹਵਾ 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 ਮੀਂਹ ਪਵਾ ਯਾਰ ਹੀਰ ਬਣ ਕੇ ਕਰ ਕਿਰਪਾ ਚਲਾ ਜਾ ਅੰਦਰ ਹੁਣ ਉਹ ਛੱਡ ਦੇ ਸੱਜਣਾ ਕਿਹੜਾ ਹੈਗਾ ਨਾ ਬੱਚੇ ਜੌਣ ਨਹੀਂ ਕਰਦੇ ਹੁੰਦੇ ਬੇੜੇ ਭਾਈ ਲਵਲੀ ਹੋਰ ਇੱਧਰੋਂ ਆਪ ਆਏ ਹੋਏ ਆ ਤੇ ਦੇਖ ਕਿਹੜੇ ਅਸੀਂ ਇੱਥੇ ਹੀ ਕਰਨਾ ਕੁੰਦਰ ਕੋਲੇ ਇੱਕ ਕੰਮ ਤਾਂ ਆਪਾਂ ਭੁੱਲ ਹੀ ਗਏ ਬਜਾ ਕੇ ਤਾਂ ਦਿਖਾ ਵੱਡੇ ਲਵਾਏ ਜਿਹੜੇ ਚੱਲ 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 ਸ਼ੇਰ ਬਣ ਗਏ ਤੇ ਲਓ ਭਾਈ ਤੁਹਾਨੂੰ ਹੱਬ ਜਾ ਕੇ ਦਿਖਾਉਣੇ ਜਿਹੜੇ ਮੁੰਡੇ ਨੇ ਵੱਡੇ ਲਵਾਏ ਨੇ ਹਾਰਨ ਡਰਾਈ ਇਸ ਤਾਂ ਸੀ ਹੋਏ ਇੱਕ ਵਾਰੀ ਹੋਰ ਬਾਈ ਵਾਹ ਬਹੁਤ ਆ ਛੇਤੀ ਚਲਾਨ ਕੱਟਿਆ ਜਾਊਗਾ ਚੱਲ ਤੇਰਾ ਉਹਦੇ ਉਹਦੀ ਉਹਦੇ ਦੇਖਾਂਗੇ ਕੋਈ ਦੁਆ ਨਹੀਂ ਦਿੱਤੀ ਆ ਬਸ ਤੈਨੂੰ ਚੇਤਾਵਨੀ ਦਿੱਤੀ ਆ ਠੀਕ ਹੈ ਸਰ ਧੱਕਾ ਵੀ ਚਲਾਉਣਾ ਚਾਹੀਦਾ ਠੀਕ ਹੈ ਸਰ ਘੁੰਮਦਾ ਮੈਂ ਕੱਲੇ ਮੋਟਰਸਾਈਕਲ ਮੇਰੇ ਥੱਲੇ ਵੱਡੇ ਲਵਾਏ ਹੋਏ ਆ ਫਿਰ ਉਹ ਸਾਈਡ ਸੂਟ ਵਧੀਆ ਮਿਲ ਜਾਂਦੀ ਆ ਉਹਦੀ ਗੱਲ ਹੈ ਪਹਿਲਾਂ ਮੈਂ ਤੇ ਦਾਦਾ ਲਵਾਉ ਲਵਾਉਂ ਦਾ ਮੇਰਾ ਕਾਰਨ ਪਤਾ ਕੀ ਹੈ ਅੱਛਾ ਤਲਵੱਡੀ ਵੜਦੇ ਆ ਅੱਛਾ ਤੇ ਉੱਥੇ ਨਾ ਇੱਕ ਦਿਨ ਮੈਂ ਮੋਟਰਸਾਈਕਲ ਲਈ ਜਮਾ ਹਾਰਨ ਦੇ ਰੱਖ ਹੱਥ ਰੱਖ ਰੱਖਿਆ ਬੁੜੀ ਸਾਈਡ ਨਹੀਂ ਹੋਈ ਅੱਛਾ ਜਦੋਂ ਕੋਲੇ ਲੱਗ ਗਿਆ ਮੋਟਰਸਾਈਕਲ ਬੁੜੀ ਮੇਰੇ ਬਣੀ ਕੌੜ ਕੇ ਝਾਕ ਕੇ ਅੱਛਾ ਤੇ ਦੁਕਾਨ ਵਾਲੇ ਵੀ ਕਹਿੰਦੇ ਬੇਬੇ ਗਲਤੀ ਤੇਰੀ ਹੈ ਅੱਛਾ ਤੇ ਹੁਣ ਇਹਦੇ ਇੱਕ ਹਾਰਨ ਦੇ ਸਾਈਡ ਹੋ ਜਾਂਦੀ ਹੈ ਫੁੜੀਆਂ ਹੀ ਆ ਜਿਵੇਂ ਬਜ਼ੁਰਗ ਹੁੰਦੇ ਕੋਈ ਸੁਣਦਾ ਨਹੀਂ ਹੁੰਦਾ ਜਿਹਨਾਂ ਨੂੰ ਉਹਨਾਂ ਵਾਸਤੇ ਸਹੀ ਆ ਉਹ ਫਿਰ ਆਏ ਸ਼ਹਿਰ ਦੇ ਵਿੱਚ ਔਖਾ ਹੋ ਜਾਂਦਾ ਤੂੰ ਅਸੀਂ ਇਹਨਾਂ ਵੀ ਮੈਂ ਸਹੀ ਕਹਿੰਦਾ ਕਿ ਭਾਈ ਕਈ ਵਾਰ ਮੋਟਰਸਾਈਕਲ ਲੱਗ ਜੇ ਤੇਜ਼ ਤੂ ਦੇ ਵਿੱਚ ਉਹਦੇ ਕਰਕੇ ਉਹ ਸਹੀ ਆ ਠੀਕ ਹੈ ਸਰ ਲੋ ਲਾ ਲੋ ਤੇ ਅੱਜ ਦੇ ਬਲੌਗ ਦੀ ਸਮਾਪਤੀ ਕਰਨ ਵਾਸਤੇ ਆਪਾਂ ਨੂੰ ਬੰਦਾ ਨਵਾਂ ਮਿਲ ਗਿਆ ਤੇ ਜਿਹੜਾ ਕਿ ਲਾ ਕੇ ਲੈਗ ਧੁੱਕੀ ਕੱਢ ਰਿਹਾ ਸੀ ਇੱਥੇ ਪਿਆ ਸੀ ਆਪਾਂ ਫੜ ਕੇ ਠਾ ਲਿਆ ਥੋੜ੍ਹੀ ਜਿਹੀ ਇਹਨੂੰ ਰੈਸਟ ਦਵਾ ਦਿੰਦੇ ਹਾਂ ਨਾਲੇ ਤੇ ਹਾਂਜੀ ਸਰ ਜੀ ਸਮਾਪਤੀ ਕੀਜੀਏ ਸਮਾਪਤੀ ਬਾਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੁਝਾਅ ਕੋਈ ਤੇ ਜੇ ਕੋਈ ਮੰਨ ਲਓ ਸੁਝਾਅ ਆਏ ਕਿਸੇ ਦਾ ਉਹ ਕਮੈਂਟ ਕਰਿਆ ਕਰੋ ਤੇ ਬਾਕੀ ਇਹ ਆ ਭਾਈ ਸੋਨੀ ਲੈਗ ਲਾ ਰਿਹਾ ਸੀਗਾ ਤੇ ਕੱਲ੍ਹ ਆਪਾਂ ਪਹਿਲਾਂ ਵੀ ਕਲਿੱਪ ਅਸੀਂ ਪੈਸੇ ਬਣਾ ਕੇ ਲਿਆ ਸੀ ਬਾਹਰੋਂ ਉਹ ਥੋੜ੍ਹੀ ਜਿਹੀ ਉਹਦੇ ਤਕਨੀਕੀ ਪ੍ਰੋਬਲਮ ਆ ਗਈ ਸਾਡੀ ਕਲਿੱਪ 'ਚ ਦੁਬਾਰੇ ਬਣਾਈ ਆ ਅਤੇ ਕੱਲ੍ਹ ਜਦੋਂ ਆਪਾਂ ਵਲੌਗ ਐਂਡ ਕਰਾਇਆ ਸੀ ਉਹ ਬੰਦਾ ਵੀ ਉੱਥੇ ਮੌਕੇ 'ਤੇ ਆ ਗਿਆ ਸੀ ਲਾਲਾ ਲਾਲਾ ਹੋ ਗਈ ਸੀ ਅਤੇ ਖਾ ਪੈ ਗਿਆ ਸੀਗਾ
ਤੇ ਇੰਨੀ ਕੁ ਸੀ ਆਪਣੀ ਅੱਜ ਦੀ ਦਿਨ ਚਾਰਿਆ ਤੇ ਆਪਣੇ ਵਲੌਗ ਦੀ ਇੱਥੇ ਕਰਦੇ ਹਾਂ ਅੱਜ ਸਮਾਪਤੀ ਤੇ ਉਮੀਦ ਕਰਦੇ ਹਾਂ ਵਧੀਆ ਲੱਗੇ ਹੋ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ ਸਰ ਠੀਕ ਹੈ ਸਰ ਠੀਕ ਠੀਕ ਹੈ ਜੀ।